ਕਣਕ ਦੀ ਫਸਲ ਪੰਜਾਬ ਦੇ ਵਿੱਚ ਥੋੜੇ ਦਿਨਾਂ ਦਾ ਵੱਢ ਕੇ ਮੰਡੀਆਂ ਦੇ ਵਿੱਚ ਜਾਵੇਗੀ ਲਾਲੀ ਫੜਨੀ ਸ਼ੁਰੂ ਕਰ ਦਿੱਤੀ ਹੈ ਤੇ ਬਾਕੀ ਰਾਜਾਂ ਦੇ ਵਿੱਚੋਂ ਕੁਝ ਥਾਵਾਂ ਤੇ ਕਣਕਾਂ ਦੜੀਆਂ ਵੱਡੀਆਂ ਜਾ ਚੁੱਕੀਆਂ ਨੇ ਜਾਂ ਕਈ ਥਾਵਾਂ ਤੇ ਸੀਜ਼ਨ ਜਿਹੜਾ ਚੱਲੀ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਣਕ ਦੇ ਪ੍ਰਾਈਵੇਟ ਰੇਟ ਇਹਨਾਂ ਦਿਨਾਂ ਦੇ ਵਿੱਚ ਕਿੰਨੇ ਕੁ ਚੱਲ ਜਾਂਦੇ ਨੇ ਕਿੱਥੋਂ ਤੱਕ ਪਹੁੰਚਿਆ ਹੈ ਰੇਟ ਕੀ ਆਪਾਂ ਨੂੰ ਮੰਡੀਆਂ ਚਾਲੂ ਹੋਣ ਤੋਂ ਬਾਅਦ ਦੇ ਵਿੱਚ ਵੀ ਇਹ ਜਿਹੜੇ ਰੇਟ ਇਹਨਾਂ ਦਿਨਾਂ ਵਾਲੇ ਨੇ ਉਹ ਮਿਲਣਗੇ ਜਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਇਸ ਵੀਡੀਓ ਦੇ ਵਿੱਚ ਅੱਗੇ ਆਪਾਂ ਬਿਲਕੁਲ ਡਿਟੇਲ ਦੇ ਨਾਲ ਕੁਝ ਗੱਲਾਂ ਜੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਹੜੇ ਨਵੇਂ ਫਾਰਮਰ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰਕੇ ਨਾਲ ਇੱਕ ਬੈਲ ਜੜੀ ਉਹਨੂੰ ਦਬਾ ਲਓ ਸੋ ਕਰੋੜਾ ਰੁਪਈਆ ਦੀ ਕਣਕ ਪੈਲੀਆਂ ਦੇ ਵਿੱਚ ਪਈਏ ਤੇ ਇਹਨਾਂ ਦਿਨਾਂ ਦੇ ਵਿੱਚ ਕੁਝ ਰਾਣਾ ਨੀਤੀਆਂ ਕੁਝ ਵਿਚੋਲਿਆਂ ਦੇ ਵੱਲੋਂ ਕੁਝ ਦਲਾਲਾਂ ਦੇ ਵੱਲੋਂ ਜੜੀਆਂ ਬਣਾਉਣੀਆਂ ਚਾਲੂ ਵੀ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇੱਕ ਵੱਡਾ ਸੀਜ਼ਨ ਆਉਣ ਵਾਲਾ ਏ ਕਣਕ ਦਾ ਜੜਾ ਕੀ ਇਕੱਠਾ ਚੱਲਦਾ ਏ ਬਹੁਤ ਥੋੜੇ ਦਿਨਾਂ ਦੇ ਵਿੱਚ ਮੁੱਕ ਜਾਂਦਾ ਹੈ ਕਣਕ ਦਾ ਸੀਜ਼ਨ ਥੋੜੇ ਦਿਨ ਹੀ ਹੁੰਦੇ ਆ ਵੱਡੀ ਕਮਾਈ ਕਰਨ ਦੇ ਵਾਸਤੇ ਉਹਨਾਂ ਦੇ ਲਈ ਸਭ ਤੋਂ ਪਹਿਲੇ ਨੰਬਰ ਦੇ ਜੇਕਰ ਆਪਾਂ ਗੱਲ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਕਿੱਥੇ ਕਿੱਥੇ ਕਿੰਨਾ ਕਿੰਨਾ ਕਣਕ ਦਾ ਰੇਟ ਚੱਲੀ ਜਾਂਦਾ ਹੈ ਤਾਂ ਜੂਪੀ ਤੋਂ ਜੇਕਰ ਆਪਾਂ ਸ਼ੁਰੂ ਕਰਦੇ ਆ ਜੂਪੀ ਦੇ ਵਿੱਚ ਜਿੰਨੀਆਂ ਵੀ ਨਾਰਮਲ ਕਣਕਾਂ ਨੇ ਨਾਰਮਲ ਤੋਂ ਭਾਵ ਜਿੰਨੀਆਂ ਵੀ ਵੈਰਾਈਟੀਆਂ ਆਪਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਬੀਜਦੇ ਆ ਵਿੱਚ 30 86 ਆਉਂਦੀ ਏ 29 70 187 303 ਜਿੰਨੀਆਂ ਵੀ ਟੋਟਲ ਕਿਸਮਾਂ ਨੇ ਸ਼ਰਬਤੀ ਨੂੰ ਛੱਡ ਕੇ ਇਹਨਾਂ ਕਿਸਮਾਂ ਦੀ ਜਿੰਨੀ ਵੀ ਕਣਕ ਹੈ ਉਹਦਾ ਰੇਟ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜੁਪੀ ਦੇ ਵਿੱਚ 2632 ਰੁਪਏ ਤੱਕ ਪਹੁੰਚ ਚੁੱਕਾ ਹੈ ਤੇ ਜੇਕਰ ਆਪਾਂ ਸ਼ਰਬਤੀ ਕਣਕ ਦੀ ਗੱਲ ਕਰਦੇ ਆਂ ਤੇ ਉਹਦਾ ਰੇਟ 3460 ਰੁਪਏ ਤੱਕ ਕਣਕ ਜਿਹੜੀ ਸ਼ਰਬਤੀ ਵਿਕੀ ਜਾਂਦੀ ਏ ਐਮਪੀ ਦੇ ਵਿੱਚ ਜਿਹੜੀ ਨਾਰਮਲ ਕਣਕ ਹੈ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਆਦਾਤਰ ਆਪਾਂ ਬੀਜੀਆਂ ਨੇ ਇਸ ਕਣਕ ਦਾ ਰੇਟ 580 ਰੁਪਏ ਤੱਕ ਲੱਗਾ ਏ ਅਜੇਕਰ ਆਪਾਂ ਤਾਜ਼ੇ ਰੇਟ ਦੀ ਗੱਲ ਕਰਦੇ ਆਂ ਤੇ ਸ਼ਰਬਤੀ ਕਣਕ ਦਾ ਰੇਟ ਜਿਹੜਾ 3264 ਰੁਪਏ ਤੱਕ ਕਣਕ ਜਿਹੜੀ ਸ਼ਰਬਤੀ ਅੱਜ ਵਿਕੀ ਏ ਜੇਕਰ ਆਪਾਂ ਗੱਲ ਕਰਦੇ ਆਂ ਰਾਜਸਥਾਨ ਦੀ ਰਾਜਸਥਾਨ ਦੇ ਵਿੱਚ 2380 ਰੁਪਏ ਨਾਰਮਲ ਕਣਕ ਦਾ ਰੇਟ ਹੈ ਤੇ ਜੇ ਆਪਾਂ ਸ਼ਰਬਤੀ ਦਾ ਵੇਨੇ ਆ ਤੇ 3160 ਰੁਪਏ ਜਿਹੜਾ ਸ਼ਰਬਤੀ ਦਾ ਰੇਟ ਹੈ ਲੱਗਾ ਏ ਹੁਣ ਜੇਕਰ ਆਪਾਂ ਇਹਨਾਂ ਸਾਰਿਆਂ ਤੋਂ ਬਾਅਦ ਦੇ ਵਿੱਚ ਆਪਣੇ ਪੰਜਾਬ ਵੱਲ ਆਉਨੇ ਆ ਪੰਜਾਬ ਦੇ ਵਿੱਚ ਜਿਹੜੀ ਨਾਰਮਲ ਕਣਕਾਂ ਆਪਾਂ ਜ਼ਿਆਦਾਤਰ ਬੀਜੀਆਂ ਨੇ ਇਹਨਾਂ ਦਾ ਰੇਟ 2160 ਤੋਂ ਲੈ ਕੇ 2700 ਦੇ ਵਿੱਚ ਵਿੱਚ ਕਣਕ ਜੜੀ ਹੁਣ ਤੱਕ ਮੰਡੀਆਂ ਦੇ ਵਿੱਚ ਵਿਕ ਚੁੱਕੀ ਏ ਬੋਲੀ ਦੇ ਉੱਤੇ ਤੇ ਜੇਕਰ ਆਪਾਂ ਸ਼ਰਬਤੀ ਕਣਕ ਦੀ ਗੱਲ ਕਰਦੇ ਆ ਤੇ ਸ਼ਰਬਤੀ ਦਾ ਰੇਟ ਜਿਹੜਾ ਪੰਜਾਬ ਦੇ ਵਿੱਚ 3330 ਰੁਪਏ ਜਾਣੇ ਕਿ 3200 ਤੋਂ ਲੈ ਕੇ 3400 ਦੇ ਵਿੱਚ ਵਿੱਚ ਜਿਹੜਾ ਸ਼ਰਬਤੀ ਦਾ ਰੇਟ ਇਹਨਾਂ ਦਿਨਾਂ ਦੇ ਵਿੱਚ ਚੱਲੀ ਜਾਂਦਾ ਹੈ ਹੁਣ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਰੇਟ ਆਪਾਂ ਨੂੰ ਮੰਡੀਆਂ ਚਾਲੂ ਹੋਣ ਤੋਂ ਬਾਅਦ ਵਿੱਚ ਵੀ ਪ੍ਰਾਈਵੇਟ ਜਿਹੜਾ ਵੇਖਣ ਨੂੰ ਮਿਲੇਗਾ ਤੇ ਇਦਾਂ ਨਹੀਂ ਹੋਣਾ ਰੇਟ ਜਿਹੜੇ ਕਢਾ ਦੇ ਘਟਾ ਦਿੱਤੇ ਜਾਣਗੇ بڑے بڑے ਮਗਰਮੱਛ ਜਿਹੜੇ ਉਹਨਾਂ ਨੇ ਮੂੰਹ ਖੋਲ੍ਹ ਲਏ ਨੇ ਕਿ ਕਣਕ ਆਉਣ ਵਾਲੀ ਏ ਤੁਹਾਨੂੰ ਖਾਣ ਦੇ ਵਾਸਤੇ ਜ਼ਿਮੀਂਦਾਰਾਂ ਨੂੰ ਲੁੱਟਣ ਦੇ ਵਾਸਤੇ ਜਿਹੜੀਆਂ ਹਕੂਮਤਾਂ ਨੇ ਉਹਨਾਂ ਨੇ ਐਕਸਪੋਰਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ ਤਾਂ ਜੋ ਵੱਡੇ ਵੱਡੇ ਘਰਾਣੇ ਜਿਹੜੇ ਨੇ ਉਹ ਵੱਧ ਤੋਂ ਵੱਧ ਕਣਕ ਜਿਹੜੀ ਆ ਸਸਤੇ ਭਾਅ ਤੇ ਲੈ ਕੇ ਸਟੋਰ ਕਰ ਲੈਣ ਤੇ ਉਹਦੇ ਤੋਂ ਬਾਅਦ ਦੇ ਵਿੱਚ ਜਿਵੇਂ ਅੱਜਕੱਲ ਰੇਟ ਚੱਲੀ ਜਾਂਦਾ ਹੈ 2100 ਤੋਂ ਲੈ ਕੇ 2700 ਦੇ ਵਿੱਚ ਵਿੱਚ ਇਹਨਾਂ ਦੇ ਵਿੱਚੋਂ ਉਹਨਾਂ ਵੱਡੇ ਘਰਾਣਿਆਂ ਦੀ ਕਣਕੀ ਜ਼ਿਆਦਾਤਰ ਹੁੰਦੀ ਏ ਜਾਂ ਫਿਰ ਬਾਹਰ ਐਕਸਪੋਰਟ ਜਿੰਨੀ ਵੀ ਹੁੰਦੀ ਏ ਉਹਦੇ ਵਿੱਚ ਵੀ ਉਹਨਾਂ ਦੀ ਕਣਕ ਜਾਂਦੀ ਏ ਮਹਿੰਗੇ ਰੇਟਾਂ ਦੇ ਉੱਤੇ ਸੋ ਮੈਨੂੰ ਲੱਗਦਾ ਹੈ ਕਿ ਹਕੂਮਤ ਜੇ ਤਾਂ ਜ਼ਿਮੀਂਦਾਰਾਂ ਨੂੰ ਬਚਾਉਣਾ ਚਾਹੁੰਦੀ ਏ ਸੱਜਮੁੱਝ ਤੇ ਉਹਨੂੰ ਘੱਟੋ-ਘੱਟ ਸੀਜ਼ਨ ਦੇ ਲਾਗੇ ਆਣ ਕੇ ਐਕਸਪੋਰਟ ਜਿਹੜਾ ਬਾਹਰਲੇ ਦੇਸ਼ਾਂ ਨੂੰ ਕਣਕ ਜਾਂਦੀ ਏ ਉਹ ਕਦੇ ਵੀ ਬੰਦ ਨਹੀਂ ਕਰਨੀ ਚਾਹੀਦੀ ਉਹਨੂੰ ਖੋਲਣਾ ਚਾਹੀਦਾ ਹੈ ਜਾਂ ਜੋ ਪ੍ਰਾਈਵੇਟ ਕੰਪਨੀਆਂ ਜੜੀਆਂ ਨੇ ਜਾਂ ਫਿਰ ਵੱਧ ਤੋਂ ਵੱਧ ਕਿਣਕ ਜੜੀ ਬਾਹਰ ਜਾਵੇ ਤੇ ਆਪਾਂ ਨੂੰ ਸਰਕਾਰੀ ਰੇਟ ਦੇ ਨਾਲੋਂ ਪ੍ਰਾਈਵੇਟ ਜਿਹੜਾ ਰੇਟ ਹੈ ਉੱਚਾ ਵੇਖਣ ਨੂੰ ਮਿਲੇ ਪਰ ਇਦਾਂ ਨਹੀਂ ਹੁੰਦਾ ਜਦੋਂ ਸੀਜ਼ਨ ਬੰਦ ਹੋ ਜਾਊਗਾ ਉਹਦੇ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਹੋਣਾ ਹੈ ਐਕਸਪੋਰਟ ਵੀ ਜਿਹੜੇ ਚਾਲੂ ਕਰ ਦਿੱਤੇ ਜਾਣਗੇ ਤੇ ਆਪਣੇ ਜ਼ਿੰਮੇਵਾਰ ਵਿਚਾਰੇ ਜਿਹੜੇ ਨੇ ਉਹ ਇੰਨੇ ਤਾਕਤਵਰ ਨਹੀਂ ਹੈਗੇ ਕਿ ਕਣਕ ਰੱਖ ਲੈਣ ਸਾਰੀ ਦੀ ਸਾਰੀ ਤੇ ਬਾਅਦ ਵਿੱਚੋਂ ਦੀ 2-4 ਮਹੀਨੇ ਰੋਕ ਕੇ ਵੇਚਣ ਕਿਉਂਕਿ ਸਾਰਿਆਂ ਨੇ ਆਪੋ ਆਪਣਾ ਸਰਕਲ ਜਿਹੜਾ ਅੱਗੇ ਤੋਂ ਅੱਗੇ ਉਹ ਚਲਾਉਣਾ ਹੁੰਦਾ ਹੈ ਤੁਹਾਡਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੀ ਕਹਿਣਾ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਜੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਹੋਰ ਲੋਕਾਂ ਦੇ ਨਾਲ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ